ਅਸੀਂ ਸੰਦੋਹੇ ਪਿੰਡ ਆਏ ਸੀਗੇ ਅਤੇ ਇੱਥੇ ਆ ਕੇ ਰੁਕੇ ਅਤੇ ਬੱਚਿਆਂ ਨੇ ਪਛਾਣ ਲਿਆ ਅਤੇ ਕੱਡੀ ਇੱਕ ਘਟਨਾ ਸਾਡੇ ਨਾਲ ਜਿਹੜੀ ਵਾਪਰੀ ਆ ਉਹ ਵੀ ਸ਼ੇਅਰ ਕਰਦੇ ਹਾਂ ਅਤੇ ਇਮਾਨਦਾਰੀ ਕਦੇ ਜਿੰਦਾ ਹਜੇ ਵੀ ਆਹ ਮੁੰਡੇ ਆ ਸਾਰਿਆਂ ਤੋਂ ਪਹਿਲਾਂ ਇਹਦੀ ਮੈਂ ਪਹਿਲਾਂ ਵਾਲੀ ਵੀਡੀਓ ਪਾਊਂਗਾ ਅਤੇ ਦੋਨੇ ਭਾਈ ਹੋ ਪਹਿਲਾਂ ਵਾਲੀ ਵੀਡੀਓ ਪਾਊਂਗਾ ਅਤੇ ਮੈਂ ਇਹ ਮੇਰੇ ਕੋਲ ਆ ਗਿਆ ਪੁੱਛਣ ਆ ਗਿਆ ਇਹਨਾਂ ਨੇ ਕਿਹੜੇ ਨੇ ਭੇਜਿਆ ਸੀਗਾ ਤੁਹਾਡੇ 'ਚੋਂ ਉਹ ਭੱਗ ਗਿਆ ਉਹਨੇ ਭੇਜਿਆ ਸੀਗਾ ਉਹ ਕਹਿੰਦਾ ਵੀ ਪੁੱਛ ਕੇ ਆ ਵੀ ਉਹੀ ਬੰਦਾ ਜਿਹੜਾ ਫਿਲਮਾਂ ਪਾਉਂਦਾ ਹੁੰਦਾ ਵੀਡੀਓ ਪਾਉਂਦਾ ਕੀ ਕਿਹਾ ਸੀ ਇਹਨੇ ਹੈਂ ਜਿਹੜਾ ਵੀਡੀਓ ਪਾਉਂਦਾ ਹੁੰਦਾ ਅੱਛਾ ਤੇ ਫਿਰ ਤੂੰ ਪੁੱਛਣ ਗਿਆ ਨਾ ਇੱਥੇ ਫਿਰ ਕਿੰਨਾ ਟਾਈਮ ਹੋ ਗਿਆ ਤੈਨੂੰ ਇਹਦੇ ਕੰਮ ਕਰਦੇ ਨੂੰ ਕਈ ਸਾਲ ਹੋ ਗਏ ਕਈ ਸਾਲ ਹੋ ਗਏ ਉਮਰ ਤੇਰੀ ਕਿੰਨੀ ਹੋ ਗਈ 14 ਸਾਲ ਦੀ ਉਮਰ 14 ਸਾਲ ਦੀ ਕੱਦ ਥੋੜੇ ਜਿਹਾ ਘੱਟ ਆ ਉਹਦੀ ਵੀ 12 ਦੀ ਹੋ ਗਈ ਡੈਡੀ ਤੇ ਤੁਹਾਡੇ ਕੰਮ ਤੇ ਜਾਂਦੇ ਆ ਤੁਸੀਂ ਸਕੂਲੋਂ ਆ ਕੇ ਫਿਰ ਕੰਮ ਕਰਦੇ ਆ ਇਹ ਸਕੂਲੋਂ ਆ ਕੇ ਤੇ ਫਿਰ ਕਿ ਵਜੇ ਤੱਕ ਹੈਂ 9 ਵਜੇ ਤੱਕ ਇਹ ਕਹਿੰਦਾ ਨਾਲੇ ਤੂੰ ਕਹਿੰਦਾ ਮੈਂ ਕਬੱਡੀ ਖੇਡਦਾ ਸੀਗਾ ਪਹਿਲਾਂ ਖੇਡਦਾ ਸੀ ਮੈਂ ਇਹਨੂੰ ਕਿਹਾ ਸੀ ਹੁਣ ਵੀ ਤੈਨੂੰ ਗੋਲੂ ਭਲਵਾਨ ਕੋਲੇ ਛੱਡ ਦਿੰਦੇ ਵਧੀਆ ਭਲਵਾਨ ਬਣ ਜਾਏਗਾ ਕਹਿੰਦਾ ਨਹੀਂ ਹੁਣ ਮੈਂ ਕੰਮ ਕਰਨਾ ਅਤੇ ਵਧੀਆ ਗੱਲ ਆ ਸਕੂਲ ਨੂੰ ਆ ਕੇ ਵੀ ਫਿਰ ਇੱਥੇ ਪੜ੍ਹਦੇ ਵੀ ਆ ਅਤੇ ਇੱਕ ਹੋਰ ਘਟਨਾ ਜਿਹੜੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜਿਹੜੀ ਵਾਪਰੀ ਸੀਗੀ ਮੇਰੇ ਕੋਲ ਆ ਗਿਆ ਮੈਨੂੰ ਕਹਿੰਦਾ ਕਿਹੜੀ ਕਾਪੀ ਲੈ ਕੇ ਆਇਆ ਸੀਗਾ ਉਹ ਕਿੱਥੇ ਡੈਰੀ ਉਹ ਆਹ ਡੈਰੀ ਲੈ ਕੇ ਆ ਗਿਆ ਮੇਰੇ ਕੋਲ ਮੈਨੂੰ ਕਹਿੰਦਾ ਵੀ ਇਹਦੇ ਉੱਤੇ ਆਈਡੀ ਲਿਖ ਦੇ ਜਿੱਥੇ ਤੁਹਾਡੀਆਂ ਫਿਲਮਾਂ ਆਉਂਦੀਆਂ ਹੁੰਦੀਆਂ ਉਹ ਇੰਸਟਾ ਦੀ ਆਈਡੀ ਲਿਖ ਦਿਓ ਕਿ ਕਿਹਦੀ ਆਈਡੀ ਸੀ ਇੰਸਟਾ ਦੀ ਚੱਲ ਕੋਈ ਨਹੀਂ ਪਤਾ ਅਤੇ ਮੈਂ ਕਿਹਾ ਵੀ ਤੇਰੇ ਕੋਲ ਫੋਨ ਹੈ ਨਹੀਂ ਆਹ ਮੇਰੇ ਕੋਲ ਫੋਨ ਹੈ ਨਹੀਂ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਮੈਂ ਤੈਨੂੰ ਗਿਫਟ ਕਰੂੰਗਾ ਅਤੇ ਮੈਨੂੰ ਆਹਦਾ ਵੀ ਨੰਬਰ ਮੈਂ ਕਿਹਾ ਚਲੋ ਇੱਕ ਕਾਰਡ ਸੀਗਾ ਕਿੱਥੇ ਉਹ ਕਾਰਡ ਕਾਰਡ ਇਹ ਕਾਰਡ ਸੀਗਾ ਅਤੇ ਇਹ ਕਾਰਡ ਮੈਂ ਇਹਨੂੰ ਦੇਤਾ ਮੈਂ ਕਿਹਾ ਇਹਦੇ ਉੱਤੇ ਪੁੱਤ ਸਾਰੀ ਆਈਡੀ ਆ ਨੰਬਰ ਵੀ ਹੈਗੇ ਆ ਅਤੇ ਰੱਖ ਲਾ ਅਤੇ ਉਦੋਂ ਬਾਅਦ ਥੋੜ੍ਹੇ ਟਾਈਮ ਬਾਅਦ ਇਹ ਵਾਪਸ ਲੈ ਕੇ ਆ ਗਿਆ ਮੇਰੇ ਕੋਲ ਕਾਹਤੋਂ ਲੈ ਕੇ ਆਇਆ ਸੀਗਾ ਹੈਂ ਅੱਛਾ ਮੈਨੂੰ ਕਹਿੰਦਾ ਜੀ 100 ਰੁਪਇਆ ਆਹ ਮੈਂ ਕਿਹਾ ਪੁੱਤ ਇਹ ਤੈਨੂੰ ਗਿਫਟ ਸੀਗਾ ਚਲੋ ਜਿੰਨਾ ਕੁ ਬਣਦਾ ਸੀ ਉਹ ਦਿੱਤਾ ਜੀ ਤੈਨੂੰ ਕਾਰਡ ਦੇ ਨਾਲ ਨਾਲ ਅਤੇ ਇਮਾਨਦਾਰੀ ਦੇਖੋ ਵੀ ਦੁਬਾਰੇ ਸਾਡੇ ਕੋਲੋਂ 5-7 ਮਿੰਟ ਬਾਅਦ ਇੱਥੇ ਰੇਹੜੀ 'ਤੇ ਆ ਕੇ ਫਿਰ ਉੱਥੋਂ ਮੁੜ ਕੇ ਗੱਡੀ 'ਚ ਗਿਆ ਆਹਦਾ ਵੀ ਆਹ ਕਾਰਡ ਦੇ ਵਿੱਚ ਪੈਸੇ ਆ ਗਏ ਅਤੇ ਇਹ ਇਮਾਨਦਾਰੀ ਆ ਛੋਟੇ ਛੋਟੇ ਬੱਚੇ ਆ ਕੰਮ ਵੀ ਕਰਦੇ ਆ ਅਤੇ ਇਮਾਨਦਾਰੀ ਵੀ ਜਿੰਦਾ ਗੀ ਅਤੇ ਬੜਾ ਕੁਛ ਸਿੱਖਣ ਨੂੰ ਮਿਲਦਾ ਇਹਨਾਂ ਬੱਚਿਆਂ ਤੋਂ ਅਤੇ ਇੱਧਰ ਜਿੱਤ ਦੀ ਖੁਸ਼ੀ ਆ ਸੰਦੋਹੇ ਦੇ ਵਿੱਚ ਪ੍ਰਧਾਨ ਸਾਹਿਬ ਅੱਜ ਆਏ ਹੈ ਨਾ ਜੀ ਹਾਂ ਅੱਜ ਆਏ ਆ ਪ੍ਰਧਾਨ ਸਾਹਿਬ ਅਤੇ ਉੱਥੇ ਖੁਸ਼ੀ ਦੇ ਵਿੱਚ ਰੰਗ ਲਾਲ ਗਲਾਲ ਹੋਏ ਪਏ ਆ ਮੈਂ ਹੁਣ ਨੰਬਰ ਆ ਉਹਦੇ ਉੱਤੇ ਆ ਗਿਆ ਠੀਕ ਆ ਜੇ ਭਲਵਾਨੀ ਕਰਨੀ ਆ ਖੇਡਣਾ ਤਾਂ ਦੱਸ ਦੇ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਤੇਰੇ ਡੈਡੀ ਨਾਲ ਵੀ ਕਰ ਲੂੰ ਗੱਲ ਤੈਨੂੰ ਵਧੀਆ ਭਲਵਾਨ ਬਣਾਵਾਂਗੇ ਵਧੀਆ ਸਿਹਤ ਆ ਤੇਰੀ ਭਲਵਾਨਾਂ ਵਾਲੀ ਠੀਕ ਆ ਗੋਲੂ ਜਿਵੇਂ ਕੋਲੇ ਛੱਡ ਦਾਂਗੇ ਅਖਾੜੇ 'ਚ ਹੈਗਾ ਨਾ ਸ਼ੌਂਕ ਤਾਂ ਹੈਗਾ ਨਾ ਖੇਡਣ ਦਾ ਹੈਗਾ ਨਾ ਬਸ ਫਿਰ ਤੈਨੂੰ ਬਣਾਵਾਂਗੇ ਭਲਵਾਨ ਗੱਲ ਕਰਦਾ ਮੈਂ ਭਲਵਾਨ ਸਾਹਿਬ ਨਾਲ ਹੋਰ ਕੋਈ ਮੰਦੀ ਬਲੋਟ ਦਾ ਦੇਖ ਇਹ ਕਹਿੰਦੇ ਹੀ ਨਹੀਂਗੇ ਕਿਉਂਕਿ ਬੰਦੇ ਦੀ ਬੱਚੇ ਦੀ ਤਾਂ ਇਮਾਨਦਾਰੀ ਤਾਂ ਉਹਦੀ ਪਤਾ ਲੱਗ ਜਾਂਦਾ ਜਦੋਂ ਇਹ ਗੱਡੀ 'ਚ ਗਿਆ ਸੀ ਵਾਪਸ ਚੱਲ ਫਿਰ ਵੀ ਇਹਨਾਂ ਨਾਲ ਕੰਟੈਕਟ 'ਚ ਰਹਾਂਗੇ ਅਤੇ ਮਿਹਨਤ ਕਰੋ ਹੈ ਨਾ ਜੱਚ ਕੇ ਜੇ ਕੋਈ ਵੀ ਦਿੱਕਤ ਆਉਂਦੀ ਹੈ ਤਾਂ ਫਿਰ ਦੱਸ ਦਿਓ ਹੈ ਨਾ ਉਹ ਨੰਬਰ ਆ ਗਿਆ ਮੇਰਾ ਠੀਕ ਆ ਤੈਨੂੰ ਭਲਵਾਨ ਬਣਾਵਾਂਗੇ ਪੱਕਾ ਬਣੇਗਾ ਨਾ ਬਸ ਠੀਕ ਆ ਤੈਨੂੰ ਬਣਾਵਾਂਗੇ ਭਲਵਾਨ ਹੈਗਾ ਤੇਰੇ ਸਿਹਤ ਭਲਵਾਨਾਂ ਵਾਲੀ ਅਤੇ ਜ਼ਰੂਰ ਬਾਈ ਸ਼ੇਅਰ ਕਰੋ ਬੱਚਿਆਂ ਦੀ ਇਮਾਨਦਾਰੀ ਅਤੇ ਇਹਨਾਂ ਨੂੰ ਕਿਹਾ ਸੀ ਕੁਛ ਖਾ ਕੇ ਜਾਵਾਂਗੇ ਅਸੀਂ ਜਾਂਦੇ ਹੋਏ ਖਾ ਕੇ ਜਾਵਾਂਗੇ ਚੰਗਾ ਕੀ ਖਵਾਏਗਾ ਗਰਮ ਗਰਮ ਬਰਗਰ ਅਤੇ ਕੁਲਚੇ ਆ ਠੀਕ ਆ ਅਤੇ ਨਾਲ ਆਉਂਦੇ ਆ ਅਤੇ ਬਾਈ ਕਿੰਨੇ ਕੁ ਟਾਈਮ ਤੋਂ ਲਾਉਂਦਾ ਮੁੰਡਾ ਇਹ ਕੰਮ ਕਰਦੇ ਆ ਵਧੀਆ ਇਮਾਨਦਾਰ ਮੁੰਡਾ ਹੈ ਨਾ 4-5 ਸਾਲ ਹੋ ਗਏ ਡੈਡੀ ਇਹਨਾਂ ਦਾ ਕੀ ਕਰਦੇ ਆ ਦਿਹਾੜੀ ਕਰਦੇ ਆ ਮੰਮੀ ਅੱਛਾ ਉਹ ਵੀ ਦਿਹਾੜੀ ਕਰਦੇ ਆ ਚੰਗੀ ਗੱਲ ਆ ਯਾਰ ਅਤੇ ਮੈਂ ਉਹ ਕਾਰਡ ਦੇ ਵਿੱਚ ਦਿੱਤਾ ਅਤੇ ਵਾਪਸ ਗਿਆ ਚਲੋ ਜੀ ਆ ਗਏ ਉੱਧਰ ਬਾਈ ਜੀ ਅਸੀਂ ਮਿਲਦੇ ਹਾਂ ਠੀਕ ਆ ਬਾਈ ਜੀ ਕਰੋ ਸ਼ੇਅਰ ਦੱਬ ਕੇ